माता जी का हर काराना जिला जलंधर हेड़िया ग्राम रात के साढ़े ग्यारह बजे अवतार लिया श्री गुरु हर नाम म का पाक महीना था म का पाक महीना था और तारीख दो तू जान हुए दुख दूर दुनिया का अंधेरा मिटाने को यहाँ आए हैं चल भगवान हुए दुख दूर घर पूर्ण दास के पैदा हुआ ਮੇਰਾ ਪਿਆਰਾ ਗੁਰੂ ਹਰਨਾਮ ਹੋਏ ਦੁਖ ਤੂ ਹੋਏ ਦੁਖ ਤੂ ਓਹ ਬਾਪੂ ਹਰਨਾਮ ਜੀ ਮਹਾਰਾਜ ਆਪ ਕੀ ਸਦਾ ਹੀ ਜੈ ਵਾਹ ਜੀ ਵਾਹ ਬਾਪੂ ਹਰਨਾਮ ਜੀ ਦਾ ਵਾਹ ਜੋਤੀ ਜੋਤ ਸਮਾਨ ਦਾ ਦਿਨ 25 26 27 27 ਸਤੰਬਰ ਆ ਤੇ 25 26 27 ਨੂੰ ਇਹ ਜਿਹੜਾ ਆਪਣਾ ਦਰਬਾਰ ਟਕਾ ਸਾਹਿਬ ਦੇ ਵਿੱਚ ਵਾਹ ਜੇਨ ਦੀ ਜੀ ਦੀ ਨੀਵ ਬਾਪੂ ਸਰਦਾਰ ਆਰਾਮ ਜੀ ਖੁਦ ਖੁਦ ਉਥੇ ਜ਼ਮੀਨ ਲੈ ਕੇ ਖੁਦ ਸੰਗਤ ਦੇ ਵੱਲੋਂ ਸੇਵਾ ਸਾਰੀ ਸੰਗਤ ਵੱਲੋਂ ਸੇਵਾ ਕਰਵਾ ਕੇ ਇਹ ਜਿਹੜਾ ਮੰਦਿਰ ਦਰਬਾਰ ਟਕਾ ਸਾਹਿਬ ਬਣਵਾਇਆ ਇਹ ਉਥੇ ਇਹ ਯੱਗ ਹੁੰਦਾ ਹਰ ਸਾਲ 25 26 27 ਸਤੰਬਰ ਜਾਂ ਕਰੇ 26 27 28 ਸਤੰਬਰ ਤੇ ਨਾਨਕ ਸ਼ਾਹੀ ਕੈਲੰਡਰ ਦੇ ਹਿਸਾਬ ਨਾਲ ਕਿਸੇ ਵੇਲੇ ਚੇਂਜ ਹੋ ਜਾਂਦਾ ਸੋ ਉਹ ਦੇ ਆਸਤੇ ਸਾਰਿਆਂ ਨੂੰ ਬਹੁਤ ਬਹੁ ਮੁਬਾਰਕਾਂ ਨੇ ਸੰਤਾਂ ਦਾ ਇੱਥੇ ਆਣਾ ਜੈ ਜੈਕਾਰ ਸੰਤਾਂ ਦਾ ਇੱਥੇ ਰਹਿਣਾ ਜੈ ਜੈਕਾਰ ਸੰਤਾਂ ਦਾ ਇੱਕ ਮਿਕ ਰੱਬ ਨਾਲ ਹੋ ਜਾਣਾ ਉਹ ਦਿਨ ਵੀ ਬੜਾ ਬੜਾ ਹੀ ਸੁੰਦਰ ਉਤੋਂ ਦੇਵ ਤੇ ਫੁੱਲ ਵਰਸਾਉਂਦੇ ਤੇ ਇਹ ਇਸ ਕਰਕੇ ਆਪਾਂ ਉਹਨਾਂ ਦੇ ਜਨਮ ਦਾ ਦਿਨ ਵੀ ਮਨਾਣਿਆ ਸੰਤਾਂ ਦਾ ਕਿਆ ਕਹਿਣਾ ਮਦਰ ਤੁਸੀਂ ਉਹ ਆਪਾਂ ਪੜਦੇ ਆ ਨਾ ਜਿਹੜੀ ਸ਼੍ਰੀ ਨਾਰਾਇਣ ਚਰਿਤਾਮ੍ਰਿਤ ਉਹਦੇ ਵਿੱਚ ਜਿਹੜਾ ਮਿਸਜ਼ ਰਾਸ਼ੀ ਅਮਿਤ ਸ਼ਰਮਾ ਨੇ ਲਿਖਿਆ ਜਿਹੜੇ ਕਿ ਬਾਪੂ ਬਾਪੂ ਗੁਰਦਾਸ RAM ਜੀ ਮਹਾਰਾਜ ਜੀ ਦੀ ਬੇਟੀ ਸੀ ਰਵੀ ਜੀ ਹੈ ਤੇ ਉਹ ਰਵੀ ਜੀ ਦੇ ਇਹ ਜਿਹੜੀ ਨੋ ਰਾਣੀ ਰਾਸ਼ੀ ਜੀ ਨੇ ਬਹੁਤ ਸੁੰਦਰ ਲਿਖੀ 700 ਤੋਂ ਉੱਪਰ ਪੇजेस ਦੇ ਵਿੱਚ ਤੇ ਜਿਹਦੇ ਵਿੱਚ ਬਾਪੂ ਹਰਨਾਮ ਦੀ ਮਹਾਰਾਜ ਦਾ ਜਿਹੜਾ ਉਹਨਾਂ ਨੇ ਵਿਸਤਾਰ ਦੇ ਨਾਲ ਉਹ ਲਿਖਿਆ 54 ਪੇजेस ਵਿੱਚ ਅੱਜ ਦੇਖ ਰਿਹਾ ਸੀ 54 ਪੇजेस ਦੇ ਵਿੱਚ ਉਹਨਾਂ ਦੀ ਲੀਲਾਵਾਂ ਉਹਨਾਂ ਦੇ ਪ੍ਰੇਮ ਗੁਰੂ ਪ੍ਰੇਮ ਇਹ ਸਾਰਾ ਉਹਨਾਂ ਦੀ ਜੀਵਨ ਬਾਰੇ ਲਿਖਣ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਸੰਤਾਂ ਦਾ ਤਾਂ ਉਹ ਕਹਿੰਦੇ ਨੇ ਨਾ ਵੀ ਜਿਵੇਂ ਰੱਬ ਦਾ ਕੋਈ ਪਾਰ ਨਹੀਂ ਪਾ ਸਕਦਾ ਰੱਬ ਦਾ ਉਹ ਸਾਰੇ ਕਹਿੰਦੇ ਕਿ ਬ੍ਰਹਮਾ ਪਾਰ ਵੀ ਪਾ ਨਾ ਸਕਿਆ ਨਾਰਦ ਮਹਿ ਮੰਗਾ ਨਾ ਸਕਿਆ ਮਨਨ ਤੇਰੇ ਪਾਣ ਤੇਰੀਆਂ ਤੂੰ ਜਾਣੇ ਤੂੰ ਜਾਣੇ ਤੂੰ ਜਾਣੇ ਕਰਤਾਰ ਤੇਰੀਆਂ ਤੂੰ ਜਾਣੇ ਇਹ ਉਹ ਦੀ ਜਾਣ ਨਹੀਂ ਸਕਦਾ ਇਸੇ ਤਰ੍ਹਾਂ ਸੰਤਾਂ ਦਾ ਵੀ ਰਹਿਸਾ ਕੋਈ ਨਹੀਂ ਜਾਣਦਾ ਪੂਰੇ ਜੀਵਨ ਭਾਰਤ ਕੀ ਲਿਖਣਾ ਲੇਕਿਨ ਉਹ ਮੇਰੀ ਭੈਣ ਰਾਸ਼ੀ ਜੀ ਨੇ ਬਹੁਤ ਸੁੰਦਰ ਇੱਕ ਇਹ ਜਿਹੜਾ ਵਿੱਚ ਸੰਸਕ੍ਰਿਤ ਦੇ ਦੋਹੇ ਵਾ 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 ਬਹੁਤ ਇਹ ਆਪਣੀ ਸ਼ਤਾਬਦੀ ਸਮਾਰੋ ਸੀਗਾ ਓਮ ਜੀ ਮਹਾਰਾਜ ਦਾ ਉੱਥੇ ਬਾਪੂ ਹਰ ਹਰ ਭਗਵਾਨ ਜੀ ਦੇ ਸ਼ੁਭ ਕਾਰ ਕਮਲਾ ਦੁਆਰਾ ਆਪਾਂ ਨੂੰ ਮਿਲੀ ਸਾਰਿਆਂ ਨੂੰ ਉਹ ਜਿਹੜੀ ਸ਼੍ਰੀ ਨਾਰਾਇਣ ਚਰਿਤ ਤਾਮ੍ਰਿਤ ਤੇ ਸਾਰਿਆਂ ਨੇ ਪੜ੍ਹੀ ਹੋਣੀ ਜਿਨ੍ਹਾਂ ਨੇ ਨਹੀਂ ਪੜ੍ਹੀਓ ਜ਼ਰੂਰ ਪੜ੍ਹੋ ਆਪਣੇ ਸੰਤਾਂ ਦੀ ਸਾਰਿਆਂ ਦੇ ਬਾਰੇ ਉਹ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਬੜਾ ਸੁੰਦਰ ਲਿਖਿਆ ਇਹਦੇ ਤੇ ਉਹਦੇ ਵਿੱਚ ਬੜੀਆਂ ਲੀਲਾਵਾਂ ਨੇ ਸੰਤਾਂ ਦੀਆਂ ਇੰਨੀਆਂ ਲੀਲਾਵਾਂ ਆਪਦੇ ਪਿੰਡ ਦੇ ਵਿੱਚ ਪਿਤਾ ਜੀ ਦੀ ਗੱਦੀ ਸੀਗੀ ਮਹਾਂਤਾਂ ਦੀ ਗੱਦੀ ਚੱਲੀ ਆ ਰਹੀ ਸੀ ਪਿਤਾ ਜੀ ਉਹਨਾਂ ਦੇ ਮਹੰਤ ਸੰਤ 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 ਲੇਕਿਨ ਉਹ ਗੱਦੀ ਤੇ ਸਾਰਾ ਪਿੰਡ ਬਿਠਾਣਾ ਚਾਹਦੇ ਸੀ ਲੇਕਿਨ ਫਿਰ ਵੀ ਉਹਨਾਂ ਨੇ ਬਿਲਕੁਲ ਉਹ ਗੱਦੀ ਨੂੰ ਉਹ ਤਿਆਗ ਕੇ ਤੇ ਆਪ ਚਲੇ ਗਏ ਸਾਰੇ ਜਗ੍ਹਾ ਤੇ ਤੀਰਥਾਂ ਤੇ ਹਰੀਦਵਾਰ ਜਾ ਕੇ ਫਿਰ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਉੱਥੇ ਕੋਈ ਕਿ ਕਿਸੇ ਇੱਕ ਸੇਠ ਨੇ 1 ਲੱਖ ਰੁਪਏ ਦੇਣ ਦੀ ਕੋਸ਼ਿਸ਼ ਕੀਤੀ ਉਸ ਨੂੰ ਵੀ ਤਿਆਗ ਦਿੱਤਾ ਤਿਆਗ ਦੀ ਮੂਰਤ ਦਇਆ ਦੇ ਭੰਡਾਰ ਮੇਰੇ ਬਾਪੂ ਹਰਨਾਮ ਜੀ ਮਹਾਰਾਜ ਮਹਾਬਲੀ ਬਾਪੂ ਸ਼ਰਦਾ ਰਾਮ ਜੀ ਨੇ ਉਹਨਾਂ ਨੂੰ ਮਹਾਬਲੀ ਦਾ ਜਿਹੜਾ ਮਹਾਬਲੀ ਕਹਿ ਕੇ ਉਹਨਾਂ ਨੂੰ ਪੁਕਾਰੇ ਮੈਂ ਖਿਤਾਬ ਨਹੀਂ ਕਹਿਣਾ ਚਾਹੀਦਾ ਇਹਦਾ ਸੰਤਾਨ ਉਹਨਾਂ ਦਾ ਬੜਾ ਭਾਰੀ ਮਹਾਬਲੀ ਉਹਨਾਂ ਨੂੰ ਆਪ ਦੇ ਮੁਖਾਰਬਨ ਤੋਂ ਕਹਿ ਕੇ ਉਹਨਾਂ ਨੂੰ ਆਚਾਰਨ ਕੀਤਾ ਉਹਨਾਂ ਦੀ ਸ਼ਾਨ ਦੇ ਵਿੱਚ ਤੇ ਉਹ ਉਹਨਾਂ ਦਾ ਉਹਨਾਂ ਦੇ ਯੱਗ ਉਹਨਾਂ ਦਾ ਜਿਹੜਾ ਮਨਾਇਆ ਜਾਂਦਾ ਬੜੀ ਯਾਦ ਆਂਦੀ ਏ ਇਹ ਹੁਣ ਜਿਹੜਾ ਕੋਵਿਡ 19 ਇਹ ਦੇ ਕਰਕੇ ਇਹ ਸੰਗਤ ਦੀ ਜਿਹੜੀ ਚੇਅਰਮੈਨ ਸਾਹਿਬ ਦਾ ਆ ਗਿਆ ਹੈ ਸਾਰਿਆਂ ਨੂੰ ਪੜ ਲਿਆ ਆਣਾ ਵੀ ਘਰਾਂ ਚ ਬੈਠ ਕੇ ਆਪੇ ਮਨਾਓ ਏ ਅੱਜ ਦਾ ਦਿਨ ਕਿਉਂਕਿ ਆ ਸੇਫਟੀ ਵੀ ਜ਼ਰੂਰੀ ਏ ਜੀਵਨ ਬੜਾ ਜ਼ਰੂਰੀ ਏ ਸਾਰਿਆਂ ਦਾ ਤੇ ਸਾਡੀ ਤਰਫੋਂ ਸਾਰੇ ਅਮਰੀਕਾ ਦੇ ਸਾਰੇ ਪਰਿਵਾਰਾਂ ਦੀ ਤਰਫੋਂ ਸਾਡੇ ਪੂਰੇ ਪਰਿਵਾਰ ਦੀ ਦਸੋਂ ਉਥੇ ਪ੍ਰਣਾਮ 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 ਹੈ ਸਾਰੀ ਸਾਰੇ ਸੰਤ ਮਹਾਤਮਾ ਜਿਹੜੇ ਆਣਗੇ ਉਹਨਾਂ ਨੂੰ ਪ੍ਰਣਾਮ ਸਾਰੀ ਸੰਗਤ ਨੂੰ ਪ੍ਰਣਾਮ ਦਰਬਾਰ ਉਤੇ ਪ੍ਰਣਾਮ ਬਹੁਤ ਜਲਦੀ ਕਿਰਪਾ ਕਰਨਗੇ ਓਮ ਜੀ ਓਮ ਜੀ ਰਹਿਮਤ ਕੇ ਬਾਦਲ बरसाएंगे संत ਕੋਈ ਰਬ ਰੂਪ ਨੰਦਾ ਚੋਰਾएंगे बस ਇਹ ਹੁਣ ਸਾਡੇ ਮਨ ਦੀ ਜਿਹੜੀ ਇੱਛਾ ਪੂਰੀ ਕਰਨਗੇ ਓਮ ਜੀ ਤੇ ਕਿਰਪਾ ਕਰ ਦੇਣਗੇ ਦਰਬਾਰ ਨੰਦਾ ਚੌਰ ਤੇ ਫਿਰ ਉਸੇ ਤਰ੍ਹਾਂ ਰੌਣਕਾਂ ਹੋਣਗੀਆਂ ਇਹ ਇਸ ਨੂੰ ਸਾਹਮਣੇ ਰੱਖਦੇ ਹੋਏ ਸਾਰਿਆਂ ਨੂੰ ਪ੍ਰਣਾਮ 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 ਹੈ ਤੇ ਬਾਪੂ ਹਰਨਾਮ ਜੀ ਦੇ ਬੜੇ ਸੁੰਦਰ ਸੁੰਦਰ ਨੇ ਇਹ ਜਿਹੜਾ ਸ਼ਬਦ ਵੀ ਜਿਹੜਾ ਕਿਸੇ ਨੇ ਬਹੁਤ ਸੁੰਦਰ ਲਿਖਿਆ ਹੈ ਕੇ ਬਲਹਾਰ ਤੇ ਥੋਂ ਹੈੜੀਆਂ ਹੈੜੀਆਂ ਪਿੰਡ ਦੇ ਵਿੱਚ ਇਹ ਇਹਨਾਂ ਦਾ ਜਨਮ ਹੋਇਆ ਤੇ ਬਾਪੂ ਹਰਨਾਮ ਜੀ ਦਾ ਭਗਤ ਪੂਰਨ ਹੈ ਘਰ ਪੂਰਨ ਦਾਸ ਕੇ ਪੈਦਾ ਹੋਆ ਪੂਰਨ ਦਾਸ ਪਿਤਾ ਜੀ ਤੇ ਮਾਤਾ ਹਰਕੌਰਾਂ ਜੀ ਦੇ ਘਰ ਇਹਨਾਂ ਨੇ ਜਨਮ ਲਿਆ ਤੇ ਇਹ ਸਾਨੂੰ ਆ ਕੇ ਤਾਰ ਗਏ ਬਾਪੂ ਸਰਦਾਰ ਆਰਾਮ ਨੂੰ ਵਾ ਵਾ ਆਪ ਦਾ ਰੂਪ ਬਣਾ ਕੇ ਤੇ ਸਰਦਾਰ ਆਰਾਮ ਬਾਪੂ ਤੋਂ ਸਾਨੂੰ ਨਾਮ ਦਿਵਾਤਾ ਵਾ ਤੇ ਸਰਦਾਰ ਆਰਾਮ ਬਾਪੂ ਨੇ ਕਿਰਪਾ ਕਰ ਦਿੱਤੀ ਕੋ ਕੈਸ ਦਿਨ ਵਾ ਵਾ ਥੈਂਕ ਯੂ ਬਾਪੂ ਹਰਨਾਮ ਜੀ ਮਹਾਰਾਜ ਆਪ ਜੀ ਦੇ ਪ੍ਰਕਟਿਆ ਦਿਵਸ 17 ਨਵੰਬਰ ਜਿਹੜਾ ਆਪ ਜੀ ਦਾ ਜਨਮ ਉਤਸਵ ਦਾ ਦਿਨ ਆਪ ਜੀ ਦਾ ਅਵਤਾਰ ਉਤਸਵ ਵਾਲਾ ਦਿਨ ਉਸ ਦਿਨ ਸਾਡੇ ਤੇ ਵੀ ਕਿਰਪਾ ਕਰ ਗਏ ਬਾਪੂ ਹਰ ਭਗਵਾਨ ਜੀ ਜਿਸ ਵੇਲੇ ਕੇ ਉਹਨਾਂ ਨੇ ਨਜ਼ਰ ਇੱਕ ਨਜ਼ਰ ਆਹਾ ਇੱਕ ਨਜ਼ਰ ਜਿਹੜੀ ਪਾਤੀ ਸੀਗੀ ਸਾਡੇ ਉੱਤੇ ਮੇਰੇ ਉੱਤੇ ਤੇ ਉਹ ਬਾਪੂ ਹਰ ਭਗਵਾਨ ਜੀ ਨੇ ਕਿਰਪਾ ਕੀਤੀ ਸੀ ਮੇਰੇ ਮਾਤਾ ਪਿਤਾ ਨੇ ਉੱਤੇ ਅਰਦਾਸ ਕੀਤੀ ਹੋਣੀ ਹੈ ਕਿ ਮਹਾਰਾਜ ਦਾ ਕਲਿਆਣ ਕਰੋ ਤੇ ਕਿਰਪਾ 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 ਇਸੇ ਤਰ੍ਹਾਂ ਸਾਰਿਆਂ ਉੱਤੇ ਕਿਰਪਾ ਬਣਾਈ ਰੱਖਣ ਸੰਤਾਂ ਦੀ ਕਿਰਪਾ ਸਾਰੀ ਸੰਗਤ ਤੇ ਬਣੀ ਰਹੇ ਤੇ ਫਿਰ ਤੋਂ ਰੌਣਕਾਂ ਹਨ ਸਾਰੇ ਦਰਬਾਰਾਂ ਤੇ ਫਿਰ ਤੋਂ ਰੌਣਕਾਂ ਸਾਰੇ ਦਰਬਾਰਾਂ ਦੇ ਸੰਤਾਂ ਨੂੰ ਮਹੰਤਾਂ ਨੂੰ ਪ੍ਰਣਾਮ 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 ਸਾਰੇ ਪਰਿਵਾਰ ਵੱਲੋਂ ਇਹ ਸ਼ੁਭ ਜਿਹੜਾ 25 26 27 ਸਤੰਬਰ ਦੇ ਯਾਗ ਹੋਣਾ ਹੈ ਇਹਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਬਹੁਤ ਬਹੁਤ ਸ਼ੁਭ ਕਾਮਨਾਵਾਂ ਸਭ ਨੂੰ ਪ੍ਰਣਾਮ 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 ਓਮ ਬਾਪੂ ਨਰਨਦਤ ਜੀ ਮਹਾਰਾਜ ਆਪ ਕੀ ਸਦਾ ਹੀ ਜੈ ਓਮ ਬਾਪੂ ਹਰਨਾਮ ਜੀ ਮਹਾਰਾਜ ਆਪ ਕੀ ਸਦਾ ਹੀ ਜੈ ओम बापू सरदार राम जी महाराज आपकी सदा ही जय ओम बापू गुरुदास राम जी महाराज आपकी सदा ही जय ओम बापू भानुदास जी महाराज आपकी सदा ही जय ओम बापू हर भगवान जी महाराज आपकी सदा ही जय ओम शहंशाह झंडे की सदा ही जय और सारे संतों सारे अबदे परम पापू ठाकुर जी महाराज जी था दे सारे ਉਹਨਾਂ ਨੂੰ ਹੀ ਪ੍ਰਣਾਮ ਤੇ ਅਗੋਂ ਬਾਪੂ ਜਵਾਲਾ ਸਿੰਘ ਤੇ ਉਹਨਾਂ ਦੇ ਸਾਰੇ ਜਿਹੜੀ ਫੁੱਲ ਉਹਨਾਂ ਦੀ ਜਿਹੜਾ ਇਹ ਫਲਵਾਰੀ ਅਗੋਂ ਸਾਰੇ ਸੰਤਮੰਦ ਉਹਨਾਂ ਨੂੰ ਸਾਰਿਆਂ ਨੂੰ ਪ੍ਰਣਾਮ ਸਾਰੇ ਦਰਬਾਰਾਂ ਤੇ ਪ੍ਰਣਾਮ 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 ਬਾਪੂ ਤੂ